ਭਾਈ ਮੇਵਾ ਸਿੰਘ 1906 ਵਿੱਚ ਕੈਨੇਡਾ ਆਏ ਸਨ। ਭਾਈ ਮੇਵਾ ਸਿੰਘ ਆਵਾਸੀਆਂ ਵਾਂਗੂ ਇੱਕ ਚੰਗੇ ਜੀਵਨ ਨੂੰ ਲੱਭਣ ਦੀ ਆਸ ਵਿੱਚ ਆਏ ਸਨ। ਭਾਈ ਮੇਵਾ ਸਿੰਘ ਜੀ ਇੱਕ ਇਮਾਨਦਾਰ ਆਦਮੀ ਸਨ ਜੋ ਹਮੇਸ਼ਾ ਸੱਚ ਲਈ ਲੜਦੇ ਸਨ। ਉਹ ਇੱਕ ਸੱਚੇ ਵਿਅਕਤੀ ਸਨ ਜੋ ਬੇਇਨਸਾਫੀ ਨੂੰ ਨਹੀਂ ਦੇਖ ਸਕਦੇ ਸੀ। ਭਾਈ ਮੇਵਾ ਸਿੰਘ ਬਹਾਦਰ ਸਨ। ਭਾਈ ਮੇਵਾ ਸਿੰਘ ਕਾਫੀ ਧਾਰਮਿਕ ਵੀ ਸਨ। ਉਹ ਵੈਨਕੂਵਰ ਦੇ ਗੁਰਦੁਆਰੇ ਵਿੱਚ ਗ੍ਰੰਥੀ ਸਨ। ਬੇਲਾ ਸਿੰਘ ਜੈਨ ਨੇ 5 ਦਸੰਬਰ 1914 ਦੇ ਦਿਨ ਵੈਨਕੂਵਰ ਦੇ ਗੁਰਦੁਆਰੇ ਵਿੱਚ ਭਾਈ ਭਾਗ ਸਿੰਘ ਅਤੇ ਭਾਈ ਬਦਨ ਸਿੰਘ ਨੂੰ ਪਿੱਛੋਂ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਬੇਲਾ ਸਿੰਘ ਜੈਨ ਨੇ 7 ਹੋਰ ਸਿੱਖਾਂ ਨੂੰ ਜ਼ਖਮੀ ਵੀ ਕਰ ਦਿੱਤਾ ਸੀ। ਬੇਲਾ ਸਿੰਘ ਨੇ ਇਹ ਕਦਮ ਇਸ ਲਈ ਉਠਾਇਆ ਕਿਉਂਕਿ ਹੌਪਕਿੰਸ ਨੇ ਉਸ ਨੂੰ ਹੌਸਲਾ ਦਿੱਤਾ ਸੀ। ਇਸ ਮਾੜੇ ਘਟਨਾ ਤੋਂ ਬਾਅਦ ਸਿੱਖਾਂ ਦੇ ਹਿਰਦੇ ਬਹੁਤ ਦੁਖੀ ਹੋਏ। ਸਿੱਖਾਂ ਨੂੰ ਹੋਰ ਵੀ ਦੁੱਖ ਹੋਇਆ ਕਿਉਂਕਿ ਉਹਨਾਂ ਦੇ ਧਰਮ ਸਥਾਨ ਦੀ ਬੇਅਦਬੀ ਕੀਤੀ ਗਈ। ਸਿੱਖਾਂ ਨੂੰ ਸ਼ੱਕ ਵੀ ਸੀ ਕਿ ਬੇਲਾ ਸਿੰਘ ਨੂੰ ਅਦਾਲਤ ਨੇ ਬਰੀ ਕਰ ਦੇਣਾ ਹੈ ਕਿਉਂਕਿ ਉਹ ਸਰਕਾਰ ਦਾ ਸੂਈਆ ਸੀ। ਬੇਲਾ ਸਿੰਘ ਦਾ ਮੁਕੱਦਮਾ 21 ਸਪਤੰਬਰ 1914 ਨੂੰ ਸੀ, ਜਿਸ ਵਿੱਚ ਹੌਪਕਿੰਸ ਨੇ ਬੇਲਾ ਸਿੰਘ ਦੇ ਹੱਕ ਵਿੱਚ ਆਪਣੀ ਗਵਾਹੀ ਦੇਣੀ ਸੀ। ਹੌਪਕਿੰਸ ਨੇ ਕਹਿਣਾ ਸੀ ਕਿ ਬੇਲਾ ਸਿੰਘ ਨੇ ਆਪਣੀ ਰੱਖਿਆ ਲਈ ਭਾਗ ਸਿੰਘ ਅਤੇ ਬਦਨ ਸਿੰਘ ਨੂੰ ਮਾਰਿਆ। ਹੌਪਕਿੰਸ ਨੇ ਅਦਾਲਤ ਵਿੱਚ ਕਹਿਣਾ ਸੀ ਕਿ ਉਸ ਨੇ ਸਿੱਖਾਂ ਦੀ ਜਾਸੂਸੀ ਕੀਤੀ ਅਤੇ ਭਾਗ ਸਿੰਘ ਨੂੰ ਕਹਿੰਦਿਆਂ ਸੁਣਿਆ ਕਿ ਉਸ ਨੇ ਬੇਲਾ ਸਿੰਘ ਨੂੰ ਮਾਰ ਦੇਣਾ ਹੈ। ਜਦੋਂ ਭਾਈ ਮੇਵਾ ਸਿੰਘ ਜੀ ਨੂੰ ਪਤਾ ਲੱਗਾ ਕਿ ਹੌਪਕਿੰਸ ਨੇ ਕੀ ਕਹਿਣਾ ਸੀ, ਉਹਨਾਂ ਦਾ ਹਿਰਦਾ ਬਹੁਤ ਦੁਖੀ ਹੋਇਆ। ਭਾਈ ਮੇਵਾ ਸਿੰਘ ਜੀ ਦੀਆਂ ਅੱਖਾਂ ਹੌਪਕਿੰਸ ਦੇ ਕੀਤੇ ਗਏ ਮਾੜੇ ਕੰਮ ਦੇ ਦ੍ਰਿਸ਼ ਆਏ। ਹੌਪਕਿੰਸ ਨੇ ਬ੍ਰਿਟਿਸ਼, ਕੈਨੇਡੀਅਨ ਅਤੇ ਅਮਰੀਕਨ ਸਰਕਾਰੀ ਨੂੰ ਝੂਠੀਆਂ ਰਿਪੋਰਟਾਂ ਭੇਜੀਆਂ ਸਨ, ਜਿਨ੍ਹਾਂ ਵਿੱਚ ਇਹ ਕਿਹਾ ਗਿਆ ਵੈਨਕੂਵਰ ਦੇ ਭਾਰਤੀ ਲੋਕ ਇਹਨਾਂ ਦੇਸ਼ਾਂ ਲਈ ਖਤਰਨਾਕ ਹਨ ਕਿਉਂਕਿ ਉਹਨਾਂ ਦੇ ਵਿਚਾਰ ਸੋਸ਼ਲਿਸਟ ਹਨ। ਇਹਨਾਂ ਰਿਪੋਰਟਾਂ ਦਾ ਸਿੱਟਾ ਇਹ ਨਿਕਲਿਆ ਕਿ ਕੈਨੇਡਾ ਦੀ ਸਰਕਾਰ ਸਿੱਖਾਂ ਦੀ ਆਵਾਜ਼ ਰੋਕਣ ਲਈ ਹੋਰ ਵੀ ਤਤਪਰ ਹੋਏ। ਹੌਪਕਿੰਸ 1908 ਦੀ ਸਿੱਖਾਂ ਨੂੰ ਕੈਨੇਡਾ ਤੋਂ ਕੱਢਣ ਅਤੇ ਹੰਡੂਰਸ ਭੇਜਣ ਦੀ ਸਕੀਮ ਦਾ ਮੂਹਰੀ ਸੀ। ਕਾਮਾਗਾਟਾ ਮਾਰੂ ਦੁਖਾਤ ਵਿੱਚ ਵੀ ਹੌਪਕਿੰਸ ਨੇ ਅਹਿਮ ਭੂਮਿਕਾ ਨਿਭਾਈ ਸੀ। ਹੌਪਕਿੰਸ ਨੇ ਭਾਈ ਮੇਵਾ ਸਿੰਘ ਨੂੰ ਧਮਕੀ ਦਿੱਤੀ ਸੀ। ਉਸਨੇ ਭਾਈ ਮੇਵਾ ਸਿੰਘ ਨੂੰ ਕਿਹਾ ਕਿ ਜੇ ਉਸਨੇ ਬੇਲਾ ਸਿੰਘ ਦੇ ਹੱਕ ਵਿੱਚ ਆਪਣੀ ਗਵਾਹੀ ਨਹੀਂ ਦਿੱਤੀ ਤਾਂ ਉਸ ਨੂੰ ਵੀ ਭਾਗ ਸਿੰਘ ਅਤੇ ਬਦਨ ਸਿੰਘ ਵਾਂਗ ਮਾਰ ਦਿੱਤਾ ਜਾਵੇਗਾ। ਬਾਬੂ ਸਿੰਘ ਨੇ ਵੀ ਭਾਈ ਮੇਵਾ ਸਿੰਘ ਨੂੰ ਧਮਕੀ ਦਿੱਤੀ ਕਿ ਜੇ ਉਸਨੇ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਨਹੀਂ ਦਿੱਤੀ ਤਾਂ ਉਸਦੀ ਜਾਨ ਨੂੰ ਖਤਰਾ ਹੈ। ਭਾਈ ਮੇਵਾ ਸਿੰਘ ਜੀ ਨੇ ਫੈਸਲਾ ਕੀਤਾ ਸੀ ਕਿ ਉਹ ਸੱਚ ਬੋਲਣਗੇ ਅਤੇ ਬੇਲਾ ਸਿੰਘ ਦੇ ਖਿਲਾਫ਼ ਗਵਾਹੀ ਦੇਣਗੇ। 30 ਅਕਤੂਬਰ ਨੂੰ ਭਾਈ ਮੇਵਾ ਸਿੰਘ ਜੀ ਦੇ ਖਿਲਾਫ਼ ਨਿਊ ਵੈਸਟਮਿੰਸਟਰ ਦੀ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋਇਆ। ਮੇਵਾ ਸਿੰਘ ਨੇ ਹੌਪਕਿੰਸ ਨੂੰ ਮਾਰਨ ਦੇ ਫੈਸਲੇ ਨੂੰ ਇਸ ਤਰ੍ਹਾਂ ਜਾਇਜ਼ ਕੀਤਾ ਕਿ ਉਹ ਸਿੱਖ ਭਾਈਚਾਰੇ ਨੂੰ ਬਹੁਤ ਤਕਲੀਫ਼ਾਂ ਅਤੇ ਮੁਸੀਬਤਾਂ ਸਹਿਣੀਆਂ ਪੈਂਦੀਆਂ ਸਨ। ਇਹਨਾਂ ਪਾਪੀਆਂ ਨੇ ਗੁਰਦੁਆਰੇ ਦੀ ਪਵਿੱਤਰਤਾ ਡੰਗ ਕੀਤੀ ਹੈ। ਇਹਨਾਂ ਪਾਪੀਆਂ ਨੇ 2 ਮਾਸੂਮ ਬੱਚਿਆਂ ਨੂੰ ਯਤੀਮ ਕੀਤਾ ਹੈ। ਦੁਸ਼ਟਾਂ ਵੱਲੋਂ ਗੁਰਦੁਆਰੇ ਵਿੱਚ ਕੀਤੇ ਇਹਨਾਂ ਕਾਰਿਆਂ ਨੇ ਮੇਰੇ ਸੀਨੇ ਨੂੰ ਅੱਗ ਲਾ ਦਿੱਤੀ ਹੈ। ਇਹ ਸਭ ਕੁਝ ਲਈ ਮਿਸਟਰ ਰੀਡ ਅਤੇ ਮਿਸਟਰ ਹੌਪਕਿੰਸ ਜ਼ਿੰਮੇਵਾਰ ਹਨ। ਮੈਂ ਆਪਣੇ ਭਾਈਚਾਰੇ ਅਤੇ ਆਪਣੇ ਧਰਮ ਦੀ ਅਣਖ ਅਤੇ ਇੱਜ਼ਤ ਲਈ ਹੌਪਕਿੰਸ ਦਾ ਕਤਲ ਕੀਤਾ ਹੈ। ਜੱਜ ਨੇ ਭਾਈ ਮੇਵਾ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। 11 ਜਨਵਰੀ 1915 8:15 ਭਾਈ ਮੇਵਾ ਸਿੰਘ ਨੂੰ ਫਾਂਸੀ ਦਿੱਤੀ ਗਈ। ਉਹਨਾਂ ਨੇ ਸ਼ਬਦ ਪੜ੍ਹਦਿਆਂ ਫਾਂਸੀ ਦੀ ਸਜ਼ਾ ਨੂੰ ਸਵੀਕਾਰ ਕੀਤਾ। ਕੋਈ 400 ਦੇ ਕਰੀਬ ਸਿੱਖ ਜੇਲ੍ਹ ਦੇ ਬਾਹਰ ਸਨ। ਇਹ ਇੱਕ ਵਿਸ਼ਾਲ ਨਗਰ ਕੀਰਤਨ ਦੇ ਰੂਪ ਵਿੱਚ ਭਾਈ ਮੇਵਾ ਸਿੰਘ ਦੇ ਮ੍ਰਿਤਕ ਦੇ
ਨੂੰ ਫਰੇਜ਼ਰ ਮਿਲਸ ਨੂੰ ਇੱਕ ਨਗਰ ਕੀਰਤਨ ਦੇ ਰੂਪ ਵਿੱਚ ਲੈ ਕੇ ਗਏ। ਕਨੇਡਾ ਅਤੇ ਅਮਰੀਕਾ ਦੇ ਕਈ ਸਿੱਖਾਂ ਲਈ ਭਾਈ ਮੇਵਾ ਸਿੰਘ ਇੱਕ ਕੌਮੀ ਸ਼ਹੀਦ ਹਨ। ਵੈਨਕੂਵਰ ਦੇ ਗੁਰਦੁਆਰਿਆਂ ਵਿੱਚ ਹਰੇਕ ਸਾਲ ਭਾਈ ਮੇਵਾ ਸਿੰਘ ਜੀ ਦੀ ਯਾਦ ਵਿੱਚ ਸਮਾਗਮ ਹੁੰਦੇ ਹਨ। ਖਾਲਸਾ ਦੀਵਾਨ ਸੁਸਾਇਟੀ ਰੋ ਸਟਰੀਟ ਦੇ ਲੰਗਰ ਹਾਲ ਦਾ ਨਾਂ ਭਾਈ ਮੇਵਾ ਸਿੰਘ ਲੰਗਰ ਹਾਲ ਹੈ। ਅਕਾਲੀ ਸਿੰਘ ਗੁਰਦੁਆਰੇ ਦੀ ਲਾਇਬ੍ਰੇਰੀ ਦਾ ਨਾਂ ਭਾਈ ਮੇਵਾ ਸਿੰਘ ਲਾਇਬ੍ਰੇਰੀ ਹੈ। ਇਹਨਾਂ ਦੋਨਾਂ ਗੁਰਦੁਆਰਿਆਂ ਵਿੱਚ ਭਾਈ ਮੇਵਾ ਸਿੰਘ ਦੀਆਂ ਵੱਡੀਆਂ ਤਸਵੀਰਾਂ ਵੀ ਲੱਗੀਆਂ ਹੋਈਆਂ ਹਨ। ਖਾਲਸਾ ਦੀਵਾਨ ਸੁਸਾਇਟੀ ਨਿਊ ਵੈਸਟਮਿੰਸਟਰ ਨੇ ਭਾਈ ਮੇਵਾ ਸਿੰਘ ਦੀ ਯਾਦ ਵਿੱਚ ਇੱਕ ਰਸਾਲਾ ਤਿਆਰ ਕੀਤਾ ਅਤੇ ਇੱਕ ਵੈਬਸਾਈਟ ਵੀ ਤਿਆਰ ਕੀਤੀ। ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ ਹਰ ਜਸ ਰੇ ਮਨਾ।